ਪੰਜਾਬ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਸ਼ਰਾਬ ਦਾ ਮੁੱਦਾ ਕਾਫੀ ਜ਼ਿਆਦਾ ਗਰਮਾਉਂਦਾ ਜਾ ਰਿਹਾ। ਕਾਫੀ ਸਿਆਸੀ ਪਾਰਟੀਆਂ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਵੱਧ ਤੋਂ ਵੱਧ ਮਦਦ ਕਰਨ ਦੀ ਅਪੀਲ ਵੀ ਕੀਤੀ ਗਈ ਅਤੇ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਅੱਜ ਪਹੁੰਚੇ ਨੇ ਜੀ ਅਤੇ ਉਹਨਾਂ ਵੱਲੋਂ ਕੋਈ ਸਵਾਲ ਖੜੇ ਕੀਤੇ ਗਏ ਨੇ ਸਰਕਾਰ ਦੇ। ਦੇਖੋ, ਘਟਨਾ ਵਾਪਰ ਜਾਂਦੀ ਹੈ ਕਿ ਸਿਆਸੀ ਆਗੂ ਉੱਥੇ ਜਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਦੇ ਦਿੰਦੇ। ਗਏ ਬੰਦੇ ਵਾਪਸ ਤਾਂ ਨਹੀਂ ਆਉਣੇ। ਇਹ ਘਟਨਾਵਾਂ ਸਾਰਿਆਂ ਦੇ ਵੇਲੇ ਵਾਪਰੀਆਂ ਨੇ। ਮੈਂ ਇਕੱਲੇ ਇੱਕ ਨੂੰ ਦੋਸ਼ੀ ਨਹੀਂ ਸਮਝਦਾ ਅਤੇ ਹੁਣ ਵਾਲੇ ਤਾਂ ਹੈ, ਉਹਨਾਂ ਦਾ ਮੰਤਰੀ ਤਾਂ ਇਹ ਕਹੀ ਜਾਂਦਾ ਕਿ ਅਸੀਂ ਤਾਂ ਜ਼ਿੰਮੇਵਾਰ ਹੀ ਨਹੀਂ, ਜ਼ਿੰਮੇਵਾਰ ਪਾਕਿਸਤਾਨ। ਇਹ ਪੜਤਾਲ ਕਾਗਜ਼ੀ ਪੱਤਰੀ ਨਾ ਰਹਿ ਜੇ ਕਿ ਚਾਰ ਗਰੀਬ ਮਰ ਗਏ, ਕੀ ਫਰਕ ਪੈਂਦਾ? ਜਾਣ ਦੇ ਨਾਲ ਇਹਨਾਂ ਦੀ ਜ਼ਿੰਮੇਵਾਰੀ ਨਿਬੜ ਗਈ। ਇਹਨਾਂ ਨੇ ਮੂੰਹ ਦਿਖਾਉਣਾ ਸੀ, ਮੀਡੀਆ 'ਚ ਆਉਣਾ ਸੀ ਵੀ ਦੇਖੋ ਸਾਨੂੰ ਬੜਾ ਦੁੱਖ ਆ, ਅਸੀਂ ਪਹੁੰਚ ਗਏ। ਪਰ ਕੀ ਉਹਨਾਂ ਪਰਿਵਾਰਾਂ ਦੇ ਅੱਲੇ ਜ਼ਖਮ ਇਹਨਾਂ ਦੇ ਜਾਨ ਨਾਲ ਭਰ ਜਾਣ? ਦੂਜੇ ਪਾਸੇ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਜੀ ਕੁਲਬੀਰ ਜੀਰਾ ਵੱਲੋਂ ਹੁਣ ਕਿਹਾ ਗਿਆ ਕਿ ਮੈਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਾਂਗਾ ਜੋ ਮੁਹੱਲਾ ਕਲੀਨਿਕ ਨੇ ਉਹਨਾਂ ਦੇ ਉੱਤੇ ਫੋਟੋ 'ਤੇ ਲਿਖਿਆ ਜਾਵਾਂਗਾ। ਭਾਰਤ ਦੇ ਚੋਣ ਕਮਿਸ਼ਨ ਦੀ ਸਖ਼ਤ ਹਦਾਇਤ ਹੈ ਕਿ ਸਿਆਸੀ ਆਗੂ ਦੀਆਂ ਤਸਵੀਰਾਂ ਸਰਕਾਰੀ ਇਮਾਰਤਾਂ ਤੋਂ ਤੁਰੰਤ ਲਾਈਆਂ ਜਾਣ। ਕਈ ਥਾਵਾਂ ਦੇ ਉੱਤੇ ਹਾਲੇ ਵੀ ਇਹ ਤਸਵੀਰਾਂ ਜਿਉਂ ਦੀ ਤਿਉਂ ਨੇ। ਇਹਦੇ ਨਾਲ ਉਸ ਸਬ ਡਿਵੀਜ਼ਨ ਦਾ SDM, ਜ਼ਿਲ੍ਹੇ ਦਾ DC, ਜਿਹੜਾ ਜ਼ਿਲ੍ਹਾ ਚੋਣ ਅਫਸਰ ਹੈ, ਉਹਦੀ ਟੀਮ ਦੀ ਇਹ ਕਥਿਤ ਰੂਪ ਦੇ ਵਿੱਚ ਨਲਾਇਕੀ ਹੈ। ਅਮਰਤਾ ਵੜਿੰਗ ਪਿੰਡਾਂ ਦੇ ਇਕੱਠਾਂ ਨੂੰ ਸੰਬੋਧਨ ਕਰ ਰਹੇ ਸੀ। ਉੱਥੇ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਉਠਾਇਆ ਹੋਇਆ ਮੁੱਦਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ PRTC ਤੇ ਰੋਡਵੇਜ ਦੀਆਂ ਬੱਸਾਂ ਦੀਆਂ ਵਾਡੀਆਂ ਵਿੱਚੋਂ ਪੈਸੇ ਖਾ ਗਿਆ, ਇਹ ਗੱਲ ਬੀਬੀ ਅਮਰਤਾ ਵੜਿੰਗ ਨੇ ਇਹਦਾ ਜਵਾਬ ਦਿੱਤਾ। ਇੱਕ ਰਾਜਾ ਵੜਿੰਗ ਸੀ ਜਿਹਨੇ ਤੁਹਾਡੀਆਂ ਬੱਸਾਂ ਘੇਰੀਆਂ ਟਰਾਂਸਪੋਰਟ ਮੰਤਰੀ ਹੁੰਦਿਆਂ, ਇੱਥੋਂ ਤੱਕ ਕਿ ਤੁਹਾਡੇ ਰਾਜ ਦੇ ਵਿੱਚ ਤਾਂ ਗੁਰੂ ਸਾਹਿਬ ਵੀ ਸੁਰੱਖਿਅਤ ਨਾ ਰਹਿ ਸਕੇ, ਕਹਾਉਂਦੇ ਤੁਸੀਂ ਆਪਣੇ ਆਪ ਨੂੰ ਪੰਥੋਂ। ਉਹ ਕਹਿੰਦੇ ਭਗਵੰਤ ਮਾਨ ਵੀ ਚੱਕਦਾ, 2 ਸਾਲ ਹੋ ਗਏ ਇਹਦੀ ਸਰਕਾਰ ਨੂੰ। ਜੇ ਰਾਜੇ ਵੜਿੰਗ ਨੇ ਬਾੜੀਆਂ ਦੇ ਵਿੱਚ ਕੋਈ ਕਥਿਤ ਤੌਰ 'ਤੇ ਹੇਰਾਫੇਰੀ ਕੀਤੀ ਹੈ ਤਾਂ ਹੁਣ ਤੱਕ ਬਖਸ਼ਿਆ ਕਿਉਂ ਹੈ? ਕਰ ਦਿਓ ਕਾਰਵਾਈ। ਸਤਿ ਸ਼੍ਰੀ ਅਕਾਲ, ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਅਤੇ ਵੱਡੀਆਂ ਖਬਰਾਂ ਦੇ ਉੱਤੇ ਖੁੱਲ੍ਹ ਕੇ ਚਰਚਾ ਕਰਦੇ ਹਾਂ ਅਤੇ ਚਰਚਾ ਕਰਨ ਲਈ ਮੇਰੇ ਨਾਲ ਜਿਹਨੇ ਸਾਡੇ ਚੱਲਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਬੜਾ ਸਵਾਗਤ ਕਰਦੇ ਹਾਂ। ਢਿੱਲੋਂ ਸਾਹਿਬ, ਸਵਾਗਤ ਹੈ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ ਬਿੱਟੂ ਸਾਹਿਬ ਜੀ। ਢਿੱਲੋਂ ਸਾਹਿਬ, ਪੰਜਾਬ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਵਿੱਚ ਸ਼ਰਾਬ ਦਾ ਮੁੱਦਾ ਕਾਫੀ ਜ਼ਿਆਦਾ ਗਰਮਾਉਂਦਾ ਜਾ ਰਿਹਾ। ਕਾਫੀ ਸਿਆਸੀ ਪਾਰਟੀਆਂ ਵੱਲੋਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਅਤੇ ਵੱਧ ਤੋਂ ਵੱਧ ਮਦਦ ਕਰਨ ਦੀ
ਅਪੀਲ ਵੀ ਕੀਤੀ ਗਈ ਹੈ ਅਤੇ ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਅੱਜ ਪਹੁੰਚੇ ਨੇ ਜੀ ਅਤੇ ਉਹਨਾਂ ਵੱਲੋਂ ਕੋਈ ਸਵਾਲ ਖੜੇ ਕੀਤੇ ਗਏ ਨੇ ਸਰਕਾਰ ਦੇ ਉੱਤੇ ਜੀ। ਦੇਖੋ ਘਟਨਾ ਵਾਪਰ ਜਾਂਦੀ ਹੈ ਅਤੇ ਸਿਆਸੀ ਆਗੂ ਉੱਥੇ ਜਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਰਹਿੰਦੇ ਆ। ਇਹਨਾਂ 'ਚੋਂ ਕਿਸੇ ਨੇ ਵੀ ਉਸ ਪਰਿਵਾਰ ਦੀ ਕੋਈ ਮਾਲੀ ਪਰਿਵਾਰਾਂ ਦੀ ਮਾਲੀ ਮਦਦ ਕੀਤੀ ਹੈ? ਥੋੜ੍ਹਾ ਥੋੜ੍ਹੀ ਮਦਦ ਕਰ ਦਿਓ, ਗਏ ਬੰਦੇ ਵਾਪਸ ਤਾਂ ਨਹੀਂ ਆਉਣੇ। ਇਹ ਘਟਨਾਵਾਂ ਸਾਰਿਆਂ ਦੇ ਵੇਲੇ ਵਾਪਰੀਆਂ ਨੇ, ਮੈਂ ਇਕੱਲੇ ਇੱਕ ਨੂੰ ਦੋਸ਼ੀ ਨਹੀਂ ਸਮਝਦਾ ਅਤੇ ਉਹਨਾਂ ਵਾਲੇ ਤਾਂ ਹੈ, ਉਹਨਾਂ ਦਾ ਮੰਤਰੀ ਤਾਂ ਇਹ ਕਹੀ ਜਾਂਦਾ ਕਿ ਅਸੀਂ ਤਾਂ ਜ਼ਿੰਮੇਵਾਰ ਹੀ ਨਹੀਂ, ਜ਼ਿੰਮੇਵਾਰ ਪਾਕਿਸਤਾਨ ਹੈ, ਸਰਕਾਰ ਤੁਹਾਡੀ ਹੈ, ਜ਼ਿੰਮੇਵਾਰ ਹੋਣ ਅਕਾਲੀ ਦਲ ਵਾਲੇ ਜਾਂ ਕਾਂਗਰਸ ਵਾਲੇ। ਅੱਜ ਸੁਖਬੀਰ ਸਿੰਘ ਬਾਦਲ ਉੱਥੇ ਗਏ, ਪਾਰਟੀ ਪ੍ਰਧਾਨ ਹੋਣ ਦੇ ਨਾਤੇ ਉਹਨਾਂ ਦਾ ਜਾਣਾ ਬਣਦਾ ਹੈ। ਇਹ ਸਾਰੇ ਆਗੂ ਇਸ ਕਰਕੇ ਵੀ ਜਾਂਦੇ ਆ, ਕੱਲ੍ਹ ਕੋਈ ਇਹ ਇਲਜ਼ਾਮ ਨਾ ਲਾ ਦੇ ਐਡੀ ਵੱਡੀ ਘਟਨਾ ਵਾਪਰ ਗਈ, ਇਹਨਾਂ 'ਚ ਕੋਈ ਆਇਆ ਹੀ ਨਹੀਂ। ਸੋ ਸੁਖਬੀਰ ਸਿੰਘ ਹੋਰਾਂ ਨੇ ਕਿਹਾ ਜ਼ਿੰਮੇਵਾਰੀਆਂ ਫਿਕਸ ਨਹੀਂ ਹੁੰਦੀਆਂ, ਆਬਕਾਰੀ ਮਹਿਕਮਾ, SHO, DSP, ਪੁਲਿਸ ਵਾਲੇ ਇਹ ਸਾਰੇ ਲੋਕ ਇਹਦੇ ਲਈ ਜ਼ਿੰਮੇਵਾਰ ਨੇ। ਉਹਨਾਂ ਦੇ ਨਾਲ ਪਰਮਿੰਦਰ ਸਿੰਘ ਢੀਂਡਸਾ, ਗੋਬਿੰਦ ਸਿੰਘ ਲੌਂਗੋਵਾਲ ਅਤੇ ਹੋਰ ਅਕਾਲੀ ਆਗੂ ਹਾਜ਼ਰ ਸਨ। ਉਹ ਕਹਿੰਦੇ ਕਿ ਸਰਕਾਰ ਦੀਆਂ ਨਲੈਕੀਆਂ, ਸਰਕਾਰ ਨੇ ਬਿਲਕੁਲ ਚੋਰੀਆਂ ਵੱਧ ਰਹੀਆਂ ਨੇ, ਡਕੈਤੀਆਂ ਵੱਧ ਰਹੀਆਂ ਨੇ, ਇਹਦੇ ਵਿੱਚ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ, ਕਿਸੇ ਮੌਜੂਦਾ ਜਾਂ ਸੇਵਾ ਮੁਕਤ ਜੱਜ ਤੋਂ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਪੜਤਾਲ ਕਰਾਈ ਜਾਵੇ। ਇਹ ਪੜਤਾਲ ਕਾਗਜ਼ੀ ਪੱਤਰੀ ਨਾ ਰਹਿ ਜੇ, ਇਹ ਚਾਰ ਗਰੀਬ ਮਰ ਗਏ ਕੀ ਫਰਕ ਪੈਂਦਾ ਇੱਥੇ? ਪਹਿਲਾਂ ਵੀ ਤਾਂ ਧਰਤੀ 'ਤੇ ਬਥੇਰਾ ਭਾਰ ਤੁਰਿਆ ਫਿਰਦਾ ਹੈ, ਨਹੀਂ ਉਹ ਵੀ ਇਸ ਦੇਸ਼ ਦੇ ਵਸਿੰਦੇ ਨੇ, ਉਹਨਾਂ ਨੂੰ ਕਿਤੋਂ ਕੋਈ ਸਸਤੀ ਚੀਜ਼ ਮਿਲ ਗਈ? ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਨੀਤੀਆਂ। ਜੇ ਤੁਸੀਂ ਚੀਜ਼ਾਂ ਮੁਕਤ ਖੋਰੀਆਂ ਨੂੰ ਉਤਸ਼ਾਹਿਤ ਕਰਨ ਦੀ ਥਾਂ 'ਤੇ ਸਸਤੀਆਂ ਦਰਾਂ 'ਤੇ ਪ੍ਰਦਾਨ ਕਰਦੇ ਹੋ, ਕਿਹੜੇ ਨੇ ਕਿਹਾ ਸੀ ਕਿਸਾਨਾਂ ਦੀ ਬਿਜਲੀ ਮਾਫ਼ ਕਰ ਦਿਓ? ਕਿਸਾਨਾਂ ਦੀ ਹਮੇਸ਼ਾ ਮੰਗ ਇਹ ਰਹੀ ਸੀ ਕਿ ਸਾਨੂੰ ਪੂਰੀ ਬਿਜਲੀ ਦਿਓ। ਕਿਹਨੇ ਕਿਹਾ ਸੀ ਘਰਾਂ ਦੀ 300 ਯੂਨਿਟ, ਕਦੇ ਕੋਈ 200, ਕੋਈ 100 ਕਰਦਾ, ਕੋਈ 300, ਕਿਹਨੇ ਕਿਹਾ ਸੀ? ਚਰਨਜੀਤ ਸਿੰਘ ਚੰਨੀ ਨੇ 3 ਰੁਪਏ ਯੂਨਿਟ ਘਟਾਈ, ਸਾਰਿਆਂ ਨੇ ਸਵਾਗਤ ਕੀਤਾ। ਆ ਮੌਜੂਦਾ ਸਰਕਾਰ ਕੇਂਦਰ ਦੀ ਸਿਲੰਡਰ 1100 ਨੂੰ ਪਾਰ ਕਰ ਗਈ, 50-55 ਰੁਪਏ ਨੂੰ ਵਿਕਣ ਵਾਲਾ ਪੈਟਰੋਲ 100 ਦੇ ਪਾਰ, 45-50 ਦੇ ਵਿੱਚ ਵਿਕਣ ਵਾਲਾ ਡੀਜ਼ਲ 80 ਤੋਂ ਪਾਰ, ਫਿਰ ਰੁਪਈਆ ਘਟਾ ਦਿਓ ਅਤੇ ਕਹੋ ਅਸੀਂ ਸਭ ਤੋਂ ਵੱਧ ਭਾਰਤ ਦੀ ਜਨਤਾ ਦੇ ਰਾਖੇ ਹਾਂ, ਉਹਨਾਂ ਦਾ ਖਿਆਲ ਰੱਖਦੇ ਹਾਂ। ਸੋ ਇੱਥੇ ਵੀ ਇਹੀ ਕੁਝ ਵਾਪਰਦਾ ਪਿਆ ਨਜ਼ਰ ਆ ਰਿਹਾ।
ਅੱਜ ਸੁਖਬੀਰ ਸਿੰਘ ਹੋਰਾਂ ਨੇ ਦੁੱਖ ਸਾਂਝਾ ਕਰ ਲਿਆ। ਕੱਲ੍ਹ ਖਹਿਰਾ ਸਾਹਿਬ ਜਾਖੜ ਸਾਹਿਬ ਚਲੇ ਗਏ, ਪਹਿਲਾਂ ਕਾਂਗਰਸ ਵਾਲੇ ਹੋਏ ਨੇ ਅਤੇ ਮੁੱਖ ਮੰਤਰੀ ਵੀ ਜਾਏ, ਜਾਣ ਦੇ ਨਾਲ ਇਹਨਾਂ ਦੀ ਜ਼ਿੰਮੇਵਾਰੀ ਨਿਬੜ ਗਈ। ਇਹਨਾਂ ਨੇ ਮੂੰਹ ਦਿਖਾਉਣਾ ਸੀ, ਮੀਡੀਆ 'ਚ ਆਉਣਾ ਸੀ ਵੀ ਦੇਖੋ ਸਾਨੂੰ ਬੜਾ ਦੁੱਖ ਆ, ਅਸੀਂ ਪਹੁੰਚ ਗਏ। ਪਰ ਕੀ ਉਹਨਾਂ ਪਰਿਵਾਰਾਂ ਦੇ ਅੱਲੇ ਜ਼ਖਮ ਇਹਨਾਂ ਦੇ ਜਾਨ ਨਾਲ ਭਰ ਜਾਣਗੇ? ਵਾਪਰਦਾ 15-20 ਦਿਨੇ ਮਸ਼ੀਨਰੀ ਐਂ ਤੁਰਦੀ ਆ, ਘੂੰ 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 ਕਰਦੀ, ਉਦੋਂ ਬਾਅਦ ਉੱਥੇ ਹੀ ਰਹਿ ਜਾਂਦੇ ਨੇ। ਅੱਜ ਦੇ ਜ਼ਮਾਨੇ ਦੇ ਵਿੱਚ ਇਹ ਫਿਰ ਉੱਥੇ ਹੀ ਰਹਿ ਗਏ। ਸੋ ਅਸੀਂ ਚਾਹਾਂਗੇ ਇਹਦੀ ਕੋਈ ਨੀਤੀ ਬਣਾਓ, ਜੇ ਕੋਈ ਇਸ ਤਰ੍ਹਾਂ ਦਾ ਕਾਨੂੰਨ ਹੱਥ 'ਚ ਲੈਂਦਾ ਹੈ ਉਹਨਾਂ ਨੂੰ ਮਿਸਾਲੀ ਸਜ਼ਾਵਾਂ ਹੋਣ, ਦੂਜੇ ਕਿਸੇ ਦੀ ਜ਼ਰੂਰਤ ਨਾ ਹੋ ਸਕੇ। ਕੁੱਲ ਕਰਕੇ ਦੇਖ ਲਿਓ ਅਖੀਰ ਦੇ ਵਿੱਚ ਸਰਪ੍ਰਸਤੀ ਸਿਆਸਤਦਾਨ ਦੀ ਨਿਕਲੇਗੀ। ਅਮਰਿੰਦਰ ਸਿੰਘ ਰਾਜਾ ਬਣੇ ਜੋ ਕਿ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਦੀ ਧਰਮ ਪਤਨੀ ਵੱਲੋਂ ਕਈ ਸਵਾਲ ਚੁੱਕੇ ਗਏ ਨੇ ਜੀ, ਮਨਪ੍ਰੀਤ ਮਾਫ਼ ਕਰਨਾ ਜੀ, ਹਰਸਿਮਰਤ ਕੌਰ ਬਾਦਲ ਦੇ ਉੱਤੇ ਜੀ, ਪਿਛਲੇ ਦਿਨਾਂ ਦੇ ਵਿੱਚ ਕਿਉਂਕਿ ਅਮ੍ਰਿਤਾ ਵੜਿੰਗ ਦੀ ਚਰਚਾ ਚੱਲਦੀ ਹੈ ਕਿ ਲੋਕ ਸਭਾ ਦੀ ਚੋਣ ਕਾਂਗਰਸ ਪਾਰਟੀ ਵੱਲੋਂ ਬਠਿੰਡੇ ਤੋਂ ਉਹ ਲੜ ਸਕਦੇ ਹੈ, ਅਤੇ ਬੀਬੀ ਹਰਸਿਮਰਤ ਕੌਰ ਬਾਦਲ ਤਾਂ ਉੱਥੋਂ ਪਹਿਲਾਂ ਹੀ ਉਮੀਦਵਾਰ ਨੇ, ਇਸ ਵਾਰ ਮੌਜੂਦਾ ਪਾਰਲੀਮੈਂਟ ਦੇ ਮੈਂਬਰ ਵੀ ਨੇ, 3 ਵਾਰ ਹੋ ਗਿਆ ਉਹਨਾਂ ਦਾ। ਤਾਂ ਅਮ੍ਰਿਤਾ ਵੜਿੰਗ ਪਿੰਡਾਂ ਦੇ ਇਕੱਠਾਂ ਨੂੰ ਸੰਬੋਧਨ ਕਰ ਰਹੇ ਸੀ, ਉੱਥੇ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਉਠਾਇਆ ਹੋਇਆ ਮੁੱਦਾ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ PRTC ਅਤੇ ਰੋਡਵੇਜ ਦੀਆਂ ਬੱਸਾਂ ਦੀਆਂ ਵਾਡੀਆਂ ਵਿੱਚੋਂ ਪੈਸੇ ਖਾ ਗਿਆ, ਇਹ ਗੱਲ ਬੀਬੀ ਅਮ੍ਰਿਤਾ ਵੜਿੰਗ ਨੇ ਇਹਦਾ ਜਵਾਬ ਦਿੱਤਾ। ਉਹ ਕਹਿੰਦੇ ਇਹ ਕੰਮ ਤੁਹਾਡਾ, ਇੱਕ ਰਾਜਾ ਵੜਿੰਗ ਸੀ ਜਿਹਨੇ ਤੁਹਾਡੀਆਂ ਬੱਸਾਂ ਘੇਰੀਆਂ ਟਰਾਂਸਪੋਰਟ ਮੰਤਰੀ ਹੁੰਦਿਆਂ, ਇੱਥੋਂ ਤੱਕ ਕਿ ਤੁਹਾਡੇ ਰਾਜ ਦੇ ਵਿੱਚ ਤਾਂ ਗੁਰੂ ਸਾਹਿਬ ਵੀ ਸੁਰੱਖਿਅਤ ਨਾ ਰਹਿ ਸਕੇ, ਕਹਾਉਂਦੇ ਤੁਸੀਂ ਆਪਣੇ ਆਪ ਨੂੰ ਪੰਥੋਂ, ਅਤੇ ਬੇਅਦਬੀਆਂ ਤੁਹਾਡੇ ਵੇਲੇ ਹੋਈਆਂ, ਗੋਲੀ ਤੁਹਾਡੇ ਵੇਲੇ ਚੱਲ ਕੇ 2 ਸਿੰਘ ਸ਼ਹੀਦ ਹੋਏ। ਉਹ ਕਹਿੰਦੇ ਭਗਵੰਤ ਮਾਨ ਵੀ ਚੱਕਦਾ, 2 ਸਾਲ ਹੋ ਗਏ ਇਹਦੀ ਸਰਕਾਰ ਨੂੰ, ਜੇ ਰਾਜੇ ਵੜਿੰਗ ਨੇ ਬਾੜੀਆਂ ਦੇ ਵਿੱਚ ਕੋਈ ਕਥਿਤ ਤੌਰ 'ਤੇ ਹੇਰਾਫੇਰੀ ਕੀਤੀ ਹੈ ਤਾਂ ਹੁਣ ਤੱਕ ਬਖਸ਼ਿਆ ਕਿਉਂ ਹੈ, ਕਰ ਦਿਓ ਕਾਰਵਾਈ, ਰੋਕਦਾ ਕੌਣ ਹੈ? ਸੋ ਬੀਬੀ ਹਰਸਿਮਰਤ ਕੌਰ ਬਾਦਲ ਦੇ ਬਿਆਨਾਂ ਦੇ ਉੱਤੇ ਬੀਬੀ ਅਮ੍ਰਿਤਾ ਵੜਿੰਗ ਨੇ ਵੀ ਕਾਫੀ ਜਵਾਬ ਦਿੱਤੇ ਨੇ। ਇਸ ਤਰ੍ਹਾਂ ਦੀ ਚੁੰਝ ਚਰਚਾ ਇਹਨਾਂ ਦੀ ਆਪਸੀ, ਜੇ ਦੋਨੋਂ ਬੀਬੀਆਂ ਇਹ ਆਹਮਣੋ ਸਾਹਮਣੇ ਆ ਗਈਆਂ, ਤੁਹਾਨੂੰ 1 ਜੂਨ ਤੱਕ ਇਹ ਇੱਦਾਂ ਹੀ ਦਿਸਣਗੀਆਂ। 1 ਜੂਨ ਨੂੰ ਵੋਟਾਂ ਨੇ, 30 ਜੂਨ ਤੱਕ ਨਾ 30 ਮਈ ਤੱਕ ਚੋਣ ਪ੍ਰਚਾਰ ਨੇ ਚੱਲਣਾ ਜੀ। ਸੋ ਦੂਜੇ ਪਾਸੇ ਕਾਂਗਰਸ ਦੇ ਸਾਬਕਾ ਵਿਧਾਇਕ ਨੇ ਜੀ ਕੁਲਬੀਰ ਜੀਰਾ ਵੱਲੋਂ ਹੁਣ ਕਿਹਾ ਗਿਆ ਕਿ ਮੈਂ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਾਂਗਾ ਜੋ ਮੁਹੱਲਾ ਕਲੀਨਿਕ ਨੇ ਉਹਨਾਂ ਦੇ ਉੱਤੇ ਫੋਟੋ 'ਤੇ ਲਿਖਿਆ ਜਾ ਆਮ ਆਦਮੀ। ਮੇਰਾ ਖਿਆਲ ਜਿਹੜੇ ਸਿੱਬਨ ਸੀ ਸਾਡੇ ਮੁੱਖ ਚੋਣ ਅਧਿਕਾਰੀ ਨੇ ਪੰਜਾਬ ਦੇ, ਇਹ ਤਾਂ ਜੇ ਇਹ ਸ਼ਿਕਾਇਤ ਕਰਦੇ ਆ ਤਾਂ ਜ਼ਿੰਮੇਵਾਰੀ ਜ਼ਿਲ੍ਹਾ ਚੋਣ ਅਫਸਰ ਦੀ ਬਣਦੀ ਹੈ।
ਭਾਰਤ ਦੇ ਚੋਣ ਕਮਿਸ਼ਨ ਦੀ ਸਖ਼ਤ ਹਦਾਇਤ ਹੈ ਕਿ ਸਿਆਸੀ ਆਗੂ ਦੀਆਂ ਤਸਵੀਰਾਂ ਸਰਕਾਰੀ ਇਮਾਰਤਾਂ ਤੋਂ ਤੁਰੰਤ ਲਾਈਆਂ ਜਾਣ। ਸਾਡੇ ਕੋਲ ਅਜੇ ਵੀ ਖਬਰਾਂ ਆ ਰਹੀਆਂ ਨੇ ਕਿ ਕਈ ਥਾਵਾਂ ਦੇ ਉੱਤੇ ਹਾਲੇ ਵੀ ਇਹ ਤਸਵੀਰਾਂ ਜਿਉਂ ਦੀ ਤਿਉਂ ਨੇ। ਇਹਦੇ ਨਾਲ ਉਸ ਸਬ ਡਿਵੀਜ਼ਨ ਦਾ SDM, ਜ਼ਿਲ੍ਹੇ ਦਾ DC, ਜਿਹੜਾ ਜ਼ਿਲ੍ਹਾ ਚੋਣ ਅਫਸਰ ਹੈ, ਉਹਦੀ ਟੀਮ ਦੀ ਇਹ ਕਥਿਤ ਰੂਪ ਦੇ ਵਿੱਚ ਨਲੈਕੀ ਹੈ ਕਿ ਉੱਥੇ ਕਿਉਂ ਨਹੀਂ ਕੀਤਾ ਜਾ ਰਿਹਾ। ਸੋ ਮੈਂ ਇੰਨੀ ਗੱਲ ਕਹਾਂਗਾ ਕਿ ਜਦੋਂ ਚੋਣ ਜ਼ਾਬਤਾ ਲੱਗਿਆ ਹੋਇਆ ਇਹ ਤਸਵੀਰਾਂ ਅਤੇ ਹੋਰ ਇਹ ਚੋਣ ਜ਼ਾਬਤੇ ਦੀ ਪੂਰੀ ਉਲੰਘਣਾ, ਜੇ ਕੁਲਵੀਰ ਸਿੰਘ ਜੀਰਾ ਸ਼ਿਕਾਇਤ ਕਰੂਗਾ ਇਹ ਕਾਰਵਾਈ ਉਹਨਾਂ ਨੂੰ ਕਰਨੀ ਪਊ। ਇਹਦੇ 'ਤੇ ਪਰਚਾ ਵੀ ਦਰਜ ਹੋ ਸਕਦਾ ਜਿਹੜਾ ਵੀ ਜ਼ਿੰਮੇਵਾਰ ਵਿਅਕਤੀ ਉਹਦੇ ਲਈ ਹੈ ਜੀ। ਸੋ ਨਾਲੇ ਗੱਲ ਕਰਾਂ ਢਿੱਲ ਸਾਹਿਬ, ਜਿਵੇਂ ਲੋਕ ਸਭਾ ਦੀਆਂ ਚੋਣਾਂ ਨੇੜੇ ਨੇ ਅਤੇ ਦੂਜੇ ਪਾਸੇ ਉਮੀਦ ਰਹਿੰਦੀ ਹੈ ਉਮੀਦਵਾਰਾਂ ਨੂੰ ਵੀ ਟਿਕਟ ਮਿਲੇਗੀ, ਤੋ ਇੱਕ ਮਾਮਲਾ ਸਾਹਮਣੇ, ਇੱਕ ਸੰਸਦ ਦੀ ਟਿਕਟ ਕੱਟ ਲਈ ਅਤੇ ਢਿੱਲ ਸਾਹਿਬ ਨੇ ਜ਼ਹਿਰ ਖਾ ਲਈ ਜੀ, ਅਤੇ ਕਹਿੰਦੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉਹਦੀ। ਇਹ ਮਾਮਲਾ ਤਾਮਿਲਨਾਡੂ ਦਾ DMK ਨਾਲ ਸੰਬੰਧਿਤ ਦੱਸਿਆ ਜਾਂਦਾ, ਇਹਦਾ ਨਾਂ ਹੈ ਇਹ ਗਣੇਸ਼ ਮੂਰਤੀ। ਇਹ ਟਿਕਟਾਂ ਜਾਰੀ ਹੋਈਆਂ, ਇਹ ਮੌਜੂਦਾ ਸੰਸਦ ਮੈਂਬਰ ਹੈ। ਇਸ ਵਾਰ DMK ਨੇ ਇਹਦੀ ਟਿਕਟ ਕੱਟਤੀ। ਦੇਖੋ DMK ਇੱਕ ਪਾਰਟੀ ਹੈ, ਜਦੋਂ ਟਿਕਟਾਂ ਦਿੱਤੀਆਂ ਜਾਂਦੀਆਂ ਪਾਰਟੀਆਂ ਪੁਰਾਣੀ ਕਾਰਗੁਜ਼ਾਰੀ ਵੀ ਦੇਖਦੀਆਂ ਨੇ। ਜੇ ਤਾਂ ਸਿਆਸੀ ਤੌਰ 'ਤੇ ਕੱਟੀ ਗਈ ਹੈ ਤਾਂ ਵੱਖਰੀ ਗੱਲ ਹੈ, ਜੇ ਇਹਦੀ ਕਾਰਗੁਜ਼ਾਰੀ ਦੇਖੀ ਗਈ ਹੈ, ਇਹਦੀ ਕਾਰਗੁਜ਼ਾਰੀ ਸਹੀ ਨਹੀਂ ਸੀ। ਇਹਦੀ ਕਾਰਗੁਜ਼ਾਰੀ ਦੇ ਵਿੱਚ ਸੀ ਇਹ ਕੋਈ ਜਨਮ ਅਧਿਕਾਰ ਨਹੀਂ ਹੈ ਬੰਦੇ ਦਾ ਕਿ ਉਸੇ ਨੂੰ ਟਿਕਟ ਹਰ ਵਾਰ ਦਿੱਤੀ ਜਾਵੇ। ਇਹ ਉੱਥੋਂ ਦੀ ਪਾਰਟੀ ਦੇ ਪ੍ਰਧਾਨ ਦਾ, ਉਹਨਾਂ ਦੇ ਹੋਰ ਅਹੁਦੇਦਾਰਾਂ ਦਾ ਕੰਮ ਹੈ। ਸੋ ਕਹਿੰਦੇ ਇਹ ਕੀਟਨਾਸ਼ਕ ਦਵਾਈ ਕਥਿਤ ਰੂਪ ਦੇ ਵਿੱਚ ਪੀ ਗਿਆ, ਇਹਨੂੰ ਹਸਪਤਾਲ ਲਿਜਾਇਆ ਗਿਆ। ਸੋ ਇਸ 'ਤੇ ਇਹ ਵੀ ਕਈ ਵਾਰੀ ਹੁੰਦਾ ਕਿ ਕਈ ਵਾਰੀ ਕਿਤੇ ਦੂਜੇ ਪਾਸੇ ਨੂੰ ਤਾਂ ਨਹੀਂ ਸਿਟੀ ਰਲਾਈ ਵੀ ਸਮਾਂ ਦੱਸੇਗਾ। ਸੋ ਜੇ ਇਹਨੂੰ ਵੀ ਚਾਹੀਦਾ ਸੀ ਇਸ ਤਰ੍ਹਾਂ ਦਾ ਨਾ ਕਰੇ। ਜੇ ਅਟੈਂਪ ਕੋਈ ਬੰਦਾ ਆਤਮ ਹੱਤਿਆ ਦੀ ਕਰਦਾ ਉਹ ਵੀ ਇੱਕ ਜੁਰਮ ਹੈ, ਉਹਦੇ ਉੱਤੇ ਵੀ ਪਰਚਾ ਦਰਜ ਭਾਰਤੀ ਦੰਡ ਵਿਧਾਨ ਦੀ ਧਾਰਾ ਤਹਿਤ ਹੋ ਸਕਦਾ ਜੀ। ਸੋ ਨਾਲੇ ਗੱਲ ਕਰਦੇ ਹਾਂ ਹਰਿਆਣੇ ਦੇ ਇੱਕ ਵਿਧਾਇਕ ਨੇ ਜੀ ਕਾਂਗਰਸ ਦੇ, ਉਹਨਾਂ ਦਾ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਜੀ। ਪੈਸੇ ਨਹੀਂ ਭਰੇ ਹੋਣੇ, ਜੇ ਕੋਈ ਵਿਧਾਇਕ ਬਣ ਗਿਆ ਇਹਦਾ ਮਤਲਬ ਇਹ ਹੋ ਗਿਆ ਕਿ ਬਿਜਲੀ ਪਾਣੀ ਸਾਰਾ ਕੁਛ ਮੁਫ਼ਤ, ਇਹਨਾਂ ਦਾ ਆਪਣੀਆਂ ਤਨਖਾਹਾਂ ਵਧਾਉਣੀਆਂ ਹੋਣ, ਭੱਤੇ ਵਧਾਉਣੇ ਹੋਣ, ਜਮਾਂ ਨਹੀਂ ਬੋਲਦੇ, ਇੱਕ ਦੂਜੇ ਦੇ ਨਾਲ ਸਹਿਮਤ ਹੁੰਦੇ ਨੇ ਜੀ। ਪਤਾ ਲੱਗਿਆ ਕਿ ਵਿਧਾਇਕ ਹੈ ਕਰਮ ਸਿੰਘ ਛੁਕਾੜ ਛੌਕੜ,
ਇਹਦੇ 3 ਬਿਜਲੀ ਕਨੈਕਸ਼ਨ ਕੱਟਤੇ ਹੈ ਅਤੇ ਸਿਰਫ 17 ਕੁ ਲੱਖ ਬਕਾਇਆ ਇਹਦੇ ਵੱਲ ਘਰ ਦਾ ਰਾਜ ਬਣਾ ਲਿਆ। ਮੈਂ ਵਿਧਾਇਕ ਹਾਂ, ਮੈਂ ਨਹੀਂ ਦਿੰਦਾ ਪੈਸੇ। ਬਿਜਲੀ ਨਿਗਮ ਨੇ ਰਿਹਾਇਸ਼, ਦਫ਼ਤਰ ਅਤੇ ਪੈਟਰੋਲ ਪੰਪ, ਜਿਹੜੇ ਬੰਦੇ ਦਾ ਪੈਟਰੋਲ ਪੰਪ ਲੱਗਿਆ ਹੋਵੇ ਉਹਦੀ ਕਮਾਈ ਹੁੰਦੀ ਹੈ ਜੀ, ਅਤੇ ਜੇ ਉਹ ਵੀ ਕਨੈਕਸ਼ਨ ਪੈਸੇ ਨਾ ਭਰੇ ਤਾਂ ਕੱਟਣੇ ਆ। ਇਹਦੇ ਵਿੱਚ ਹਰਿਆਣਾ ਦੀ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ, ਕਿਤੇ ਕੋਈ ਸਿਆਸੀ ਕਾਰਨ ਕਰਕੇ ਤਾਂ ਨਹੀਂ ਕੱਟਿਆ ਗਿਆ। ਅਤੇ ਜੇ ਬਕਾਇਆ ਹੈ, ਕੋਈ ਅਦਾਲਤੀ ਕੇਸ ਨਹੀਂ, ਆਮ ਤੌਰ 'ਤੇ ਬਿਜਲੀ ਬੋਰਡਾਂ ਦੇ ਵਿੱਚ ਵੀ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਅਦਾਲਤਾਂ, ਖਪਤਕਾਰ ਅਦਾਲਤਾਂ ਬਣੀਆਂ ਹੋਈਆਂ ਨੇ, ਕੰਜ਼ੂਮਰ ਅਥਾਰਟੀਜ਼, ਉੱਥੇ ਵੀ ਕੇਸ ਚੱਲਦੇ ਹੁੰਦੇ ਆ। ਸੋ ਪਤਾ ਲੱਗਿਆ ਕਿ 6 ਮਹੀਨੇ ਪਹਿਲਾਂ ਵੀ ਇਹਦਾ ਕਨੈਕਸ਼ਨ ਕੱਟਿਆ ਸੀ, ਉਦੋਂ ਇਹਨੇ ਬਕਾਇਆ ਰਾਸ਼ੀ ਦਾ 2.5 ਲੱਖ ਰੁਪਇਆ ਭਰਤਾ ਅਤੇ ਬਾਕੀ ਕਹਿਤਾ ਕਿ ਮੈਨੂੰ ਕਿਸ਼ਤਾਂ ਕਰ ਦਿਓ, ਹੋ ਜਾਂਦੀਆਂ ਨੇ। ਕਹਿੰਦੇ ਕਿ ਬਿਜਲੀ ਨਿਗਮ ਵਾਰ ਵਾਰ ਇਹਨਾਂ ਨੂੰ ਕਹਿੰਦੇ ਸੀ ਕਿ ਜੀ ਬਕਾਇਆ ਭਰ ਦਿਓ, ਇਹਨਾਂ ਨੇ ਭਰਿਆ ਨਹੀਂ ਅਤੇ ਉਹਨਾਂ ਨੇ ਦੂਜੀ ਵਾਰ ਪਲਾਸ ਚਲਾ ਤਾ ਅਤੇ ਕਨੈਕਸ਼ਨ ਕੱਟ ਦਿੱਤਾ ਗਿਆ ਜੀ। ਸੋ ਜੇ ਪਾਸਾ ਢਿੱਲ ਸਾਹਿਬ, BJP ਵੱਲੋਂ ਕੰਗਣਾ ਰਣੌਤ ਨੂੰ ਟਿਕਟ ਦੇ ਦਿੱਤੀ ਗਈ ਹੈ ਹਿਮਾਚਲ ਤੋਂ, ਅਤੇ ਉਹਨੇ ਕਿਹਾ ਕਿ ਜੇ ਲੋਕਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਹੈ ਤਾਂ ਮੈਂ ਲੋਕਾਂ ਦੀ ਸੇਵਾ ਵੀ ਕਰਾਂਗੀ, ਅਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਜੀ। ਕਿਸਾਨਾਂ ਨੇ ਤਾਂ ਪੂਰੇ ਭਾਰਤ 'ਚ ਕਹਿਤਾ ਕਿ ਅਸੀਂ ਭਾਰਤੀ ਜਨਤਾ ਪਾਰਟੀ ਵਾਲਿਆਂ ਦਾ ਵਿਰੋਧ ਕਰਾਂਗੇ, ਉਹਨਾਂ ਦਾ ਆਪਣਾ ਫੈਸਲਾ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਬਹੁਤ ਬੇਵਕੂਫ ਬਣਾਇਆ। ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਜੇ ਕਿਸਾਨ 22 ਦੇ ਵਿੱਚ ਉੱਠ ਕੇ ਨਾ ਆਉਂਦੇ, ਅਜੇ ਹੋਰ ਮਹੀਨਾ ਲਾ ਲੈਂਦੇ ਤਾਂ ਸ਼ਾਇਦ ਉਹਨਾਂ ਦੇ ਮੰਗਾਂ ਪੂਰੀਆਂ ਹੋ ਜਾਂਦੀਆਂ। ਇਸੇ ਕੰਗਣਾ ਰਣੌਤ ਨੇ ਕਿਸਾਨੀ ਅੰਦੋਲਨ ਦੇ ਵਿੱਚ ਸਾਡੀਆਂ ਮਾਣਯੋਗ ਮਾਵਾਂ, ਖਾਸ ਕਰ ਮਾਤਾ ਮਹਿੰਦਰ ਕੌਰ ਮਾਨਸਾ ਵਾਲੇ, ਤਮਾਮ ਔਰਤਾਂ ਬਾਰੇ ਬੜੀ ਮਾੜੀ ਸ਼ਬਦਾਵਲੀ ਵਰਤੀ ਸੀ। ਕਹਿੰਦੇ ਦਿਹਾੜੀ 'ਤੇ ਆ ਜਾਂਦੀਆਂ ਨੇ 500-500, 400-400 ਰੁਪਈਏ 'ਤੇ। ਉਹ ਕਹਿੰਦੇ ਜਿੰਨੀ ਧੁੱਪ ਦੇ ਵਿੱਚ ਅਸੀਂ ਕੰਮ ਕਰਦੇ ਹਾਂ, ਤੈਨੂੰ ਦਿਹਾੜੀ 3 ਦੇਵਾਂਗੇ, ਤੂੰ 1 ਦਿਨ ਹੀ ਲਾ ਜੀ, ਵਧਾ ਕਣਕ ਸਾਡੇ ਨਾਲ, ਅਤੇ ਜੇ ਇਹਦੇ ਨਾਨੀ ਚੇਤੇ ਨਾ ਆ ਜੀ। ਇਹਨਾਂ ਆਗੂਆਂ ਨੂੰ ਸੰਭਲ ਕੇ ਬੋਲਣਾ ਚਾਹੀਦਾ। ਹੁਣ ਇਹਨੂੰ ਮੰਡੀ ਤੋਂ ਟਿਕਟ ਮਿਲ ਗਈ ਹੈ, ਜਿੱਥੋਂ ਪਹਿਲਾਂ ਪ੍ਰਤਿਭਾ ਸਿੰਘ, ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦੇ ਧਰਮ ਪਤਨੀ ਨੇ ਅਤੇ ਕਾਂਗਰਸ ਦੇ ਪ੍ਰਧਾਨ ਵੀ ਨੇ, ਉਹਨਾਂ ਨੇ ਨਾ ਨੁੱਕਰ ਜੀ ਕੀਤੀ ਵੀ ਹੈ ਕਿ ਮੈਂ ਨਹੀਂ ਲੜ ਸਕਦੀ, ਕਿਉਂਕਿ ਉਹਨਾਂ ਦਾ ਆਪਸੀ ਵੀ ਮੁੱਖ ਮੰਤਰੀ ਦੇ ਨਾਲ ਥੋੜ੍ਹਾ ਜਿਹਾ ਮਨ ਮੁਟਾਵ ਚੱਲਦਾ। ਇਹਨੇ ਫਿਰ ਹਿਮਾਚਲ ਨਾਲ ਸੰਬੰਧਿਤ ਹੈ ਜੀ, ਹਿਮਾਚਲ ਤੋਂ ਟਿਕਟ ਦੀ ਮੰਗ ਕਰ ਲਈ, ਅਤੇ ਉਹ ਕਹਿੰਦੀ ਮੈਂ ਨੱਡਾ ਸਾਹਿਬ ਦਾ ਧੰਨਵਾਦ ਕਰਦੀ ਹਾਂ। ਨੱਡਾ ਸਾਹਿਬ ਵੀ ਹਿਮਾਚਲ ਦੇ, ਅਨੁਰਾਗ ਠਾਕਰ ਵੀ ਹਿਮਾਚਲ ਦੇ, ਅਤੇ ਬੀਬੀ ਕੰਗਣਾ ਵੀ ਹਿਮਾਚਲ ਦੀ। ਸੋ ਦੇਖਦੇ ਹਾਂ ਹਿਮਾਚਲ ਦੇ ਲੋਕ, ਮੰਡੀ ਦੇ ਲੋਕ ਇਸ ਕੰਗਣਾ ਰਣੌਤ ਨੂੰ ਕਿੰਨਾ ਕੁ ਹੱਥਾਂ 'ਤੇ ਚੱਕਦੇ ਆ ਅਤੇ ਇਹਨੂੰ ਜਿਤਾਉਂਦੇ ਆ, ਜਾਂ
ਹੋਰ ਪਾਸੇ ਜੀ ਕੀ ਹੁੰਦਾ ਇਹ ਲੋਕਾਂ 'ਤੇ ਨਿਰਭਰ ਕਰਦਾ ਨਤੀਜਾ ਕੀ ਆਉਂਦਾ ਜੀ। ਸੋ ਕਾਂਗਰਸ ਵੱਲੋਂ ਡਿੱਗਦੇ ਹੋਏ ਰੁਪਏ ਦੀ ਕੀਮਤ ਨੂੰ ਲੈ ਕੇ ਭਾਜਪਾ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ। ਬਿਲਕੁਲ ਜੀ, ਕਾਂਗਰਸ ਦੇ ਜਨਰਲ ਸੈਕਟਰੀ ਹੈ ਜੈਰਾਮ ਰਮੇਸ਼, ਉਹਨਾਂ ਨੇ ਇੱਕ ਸਵਾਲ ਕੀਤਾ, ਇਸ ਵਾਰ ਕਾਂਗਰਸ 272 ਪਾਰ ਕਰੇਗੀ ਭਾਵ ਇੰਡੀਆ। ਉਹਨਾਂ ਨੇ ਜਿਹੜੇ ਵਿਸ਼ਵ ਗੁਰੂ ਬਣਨ ਵਾਸਤੇ ਤੁਰੇ ਨੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ, ਉਹਨਾਂ 'ਤੇ ਤਿੱਖੇ ਹਮਲੇ ਕੀਤੇ ਦੋ, ਇੱਕ ਤਾਂ ਡੀਜ਼ਲ ਪੈਟਰੋਲ ਅਤੇ ਗੈਸ ਦੀਆਂ ਕੀਮਤਾਂ। ਯਾਦ ਕਰ ਲਓ ਡਾਕਟਰ ਮਨਮੋਹਨ ਸਿੰਘ ਦੇ ਸਮੇਂ ਦੀਆਂ 2014 ਦੀਆਂ ਅਤੇ ਅੱਜ ਦੀਆਂ। ਦੂਜਾ ਡਾਲਰ ਦੀ ਕੀਮਤ, ਉਹ ਕਹਿੰਦੇ ਸ਼੍ਰੀ ਮਾਨ ਜੀ ਤੁਸੀਂ ਤਾਂ ਵਿਸ਼ਵ ਗੁਰੂ ਬਣਨ ਚੱਲੇ ਸੀ, ਅਤੇ ਡਾਲਰ ਦੀ ਕੀਮਤ ਲਗਾਤਾਰ ਵੱਧਦੀ ਜਾ ਰਹੀ ਹੈ, ਰੁਪਈਆ ਘੱਟਦਾ ਜਾ ਰਿਹਾ ਹੈ। ਯਾਦ ਕਰੋ ਡਾਕਟਰ ਮਨਮੋਹਨ ਸਿੰਘ ਨੂੰ 2014 ਅਮਰੀਕਨ ਡਾਲਰ ਦੀ ਕੀਮਤ 54 ਰੁਪਏ ਸੀ, 59 ਰੁਪਏ ਸੀ, ਮਾਫ ਕਰਨਾ 59 ਰੁਪਏ, ਅਤੇ ਅੱਜ ਇਹ 54 ਰੁਪਏ 'ਤੇ ਪਹੁੰਚ ਗਈ ਹੈ, 25 ਰੁਪਈਆ ਟੁੱਟ ਗਿਆ। ਤੁਹਾਡੀ ਨਿਰਮਲਾ ਸੀਤਾਰਮਨ ਦਾਅਵੇ ਕਰਦੀ ਹੈ ਭਾਰਤ ਦੀ ਅਰਥ ਵਿਵਸਥਾ ਦੇ ਵਿੱਚ ਤਾਂ ਚਾਰ ਚੰਨ ਲਾ ਤੇ ਮੋਦੀ ਜੀ ਨੇ, 80 ਕਰੋੜ ਨੂੰ ਤੁਸੀਂ ਕਹਿ ਰਹੇ ਹੋ ਕਿ 5 ਸਾਲ ਹੋਰ ਮੁਫ਼ਤ ਅਨਾਜ ਦੇਵਾਂਗੇ, ਅਤੇ ਫਿਰ ਅਰਥ ਵਿਵਸਥਾ ਵਧੀ ਹੈ, ਬੇਰੁਜ਼ਗਾਰੀ ਵੱਧਦੀ ਆਬਾਦੀ, ਬੇਕਾਰੀ, ਵੱਧਦੀਆਂ ਕੀਮਤਾਂ, ਇਹ ਤਮਾਮ ਚੀਜ਼ਾਂ ਅੱਜ ਸਾਡੇ ਸਭ ਦੇ ਸਾਹਮਣੇ ਹੈ। ਸੋ ਇਹ ਚੀਜ਼ ਨੂੰ ਲੈ ਕੇ ਜੈਰਾਮ ਰਮੇਸ਼ ਸਾਹਿਬ ਨੇ ਸਰਕਾਰ ਨੂੰ ਘੇਰਿਆ। ਸਰਕਾਰ ਨੂੰ ਘੇਰ ਕੇ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਇਹਦੇ ਬਾਰੇ ਵੀ ਚਾਨਣਾ ਪਾ ਦਿਓ ਕਿ ਆ ਜਿਹੜਾ ਤੁਹਾਡਾ ਵਿਸ਼ਵ ਗੁਰੂ ਹੋ ਅਤੇ ਭਾਰਤ ਦੀ ਅਰਥ ਵਿਵਸਥਾ ਡਾਵਾਂਡੋਲ ਹੁੰਦੀ ਜਾ ਰਹੀ ਹੈ, ਕਦੇ ਇਹਦੇ ਬਾਰੇ ਵੀ ਦੋ ਗੱਲਾਂ ਦੱਸ ਦਿਓ ਜੀ। ਸੋ ਦੂਜੇ ਪਾਸੇ ਨਿਸ਼ਾਨੇ ਸਾਧੇ ਗਏ ਨੇ, ਕਹਿੰਦੇ ਭਗਵਾਨ ਰਾਮ ਦੇ ਸਿਧਾਂਤ ਅਪਣਾਵੇ ਬੀਜੇਪੀ। ਇੱਕ ਹਿਮਾਚਲ ਦੇ ਹੀ ਸਾਬਕਾ ਮੁੱਖ ਮੰਤਰੀ ਹੈ, ਭਾਰਤੀ ਜਨਤਾ ਪਾਰਟੀ ਦੇ ਬਹੁਤ ਵੱਡੇ ਆਗੂ ਨੇ, ਸ਼ਾਂਤਾ ਕੁਮਾਰ, ਉਹਨਾਂ ਨੇ ਆਪਣੀ ਪਾਰਟੀ ਨੂੰ ਨਸੀਹਤ ਦਿੱਤੀ ਹੈ ਕਿ ਰਾਮ ਮੰਦਿਰ ਬਣ ਜਾਣਾ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਹੈ, ਇਹਦੇ ਤੋਂ ਵੱਡੀ ਗੱਲ ਆ ਸਿਧਾਂਤ। ਕਿ ਰਾਮ ਜੀ ਦਾ ਸਿਧਾਂਤ ਅੱਜ ਆਪਾਂ ਅਪਣਾ ਰਹੇ ਹਾਂ। ਰਾਮ ਜੀ ਨੇ ਤਾਂ ਆਪਣੇ ਪਿਤਾ ਦਾ ਹੁਕਮ ਮੰਨ ਕੇ 14 ਸਾਲ ਬਨਵਾਸ ਕੱਟਿਆ, ਅਤੇ ਭਰਾਤਾ ਰਾਜ ਕਰਨ ਵਾਲੀ ਕੁਰਸੀ 'ਤੇ ਨਹੀਂ ਸੀ ਬੈਠਾ ਭਰਤ, ਵੱਡੇ ਭਰਾ ਦੀਆਂ ਖੜਾਵਾਂ ਰੱਖ ਲਈਆਂ। ਛੋਟੇ ਭਰਾ ਲਛਮਣ ਨੇ ਕਿਹਾ ਵੱਡਾ ਭਰਾ ਚੱਲਿਆ ਅਤੇ ਮੈਂ ਵੀ ਨਾਲ ਜਾਵਾਂਗਾ। ਮਾਤਾ ਸੀਤਾ ਨੇ ਵੀ ਕਿਹਾ ਪਤੀ ਦੇ ਨਾਲ ਜਾਣਾ ਉਹਦੀ ਧਰਮ ਪਤਨੀ ਦਾ ਕੰਮ ਹੁੰਦਾ ਹੈ। ਕਿ ਅੱਜ ਤੁਸੀਂ ਸਾਰਾ ਉਹ ਅਪਣਾ ਲਿਆ? ਸ਼ਾਂਤਾ ਕੁਮਾਰ ਕਹਿੰਦੇ ਹੈ
ਕਿ ਸ਼੍ਰੀਮਾਨ ਜੀ ਭਾਰਤੀ ਜਨਤਾ ਪਾਰਟੀ ਦੇ ਜੋ ਸਿਧਾਂਤ ਸੀ, ਭਗਵਾਨ ਰਾਮ ਦੇ ਨੇ ਜੋ ਸਿਧਾਂਤ ਦਿੱਤੇ ਹੈ, ਤੁਸੀਂ ਉਹਨਾਂ ਸਿਧਾਂਤਾਂ 'ਤੇ ਚੱਲੋ। ਬਹੁਤ ਵੱਡਾ ਬਿਆਨ ਹੈ ਸਿਆਸੀ ਹਲਕਿਆਂ ਦੇ ਵਿੱਚ ਸ਼ਾਂਤਾ ਕੁਮਾਰ ਹੋਰਾਂ ਦਾ। ਇਹਦਾ ਮਤਲਬ ਮੌਜੂਦਾ ਲੀਡਰਸ਼ਿਪ ਰਾਮ ਜੀ ਦੇ ਸਿਧਾਂਤਾਂ ਤੋਂ ਥਿੜਕੀ ਹੋਈ ਹੈ, ਇਸੇ ਕਰਕੇ ਉਹ ਇਹਨਾਂ ਨੂੰ ਨਸੀਹਤ ਦਿੰਦੇ ਨਜ਼ਰ ਆ ਰਹੇ ਨੇ ਜੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਨੇ ਢਿੱਲੋਂ ਸਾਹਿਬ, ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ ਜੀ। ਪ੍ਰੋਗਰਾਮ ਲੈ ਕੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।